ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸੁਰਖਾਬ ਦੇ ਵਿੱਚ ਆਪ ਸਭ ਦਾ ਹਾਰਦਿਕ ਅਤੇ ਨਿੱਘਾ ਸਵਾਗਤ ਜੀ। ਆਇਆਂ ਨੂੰ ਵੈਲਕਮ, ਖੁਸ਼ ਆਮਦੀਦ। ਇਸ ਹਫ਼ਤੇ ਪ੍ਰੋਗਰਾਮ ਕਾਫੀ ਬਿਜ਼ੀ ਹੋਵੇਗਾ, ਜਿੱਥੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਉਣ ਵਾਲੇ ਹਫ਼ਤੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਰਹੀਆਂ ਬ੍ਰੈਂਪਟਨ ਦੇ ਆਸ ਪਾਸ ਦੀ ਗਤੀਵਿਧੀਆਂ ਦੀ ਜਾਣਕਾਰੀ ਵੀ ਦੇਵਾਂਗੇ। ਉੱਥੇ ਗੀਤ ਸੰਗੀਤ ਮਨੋਰੰਜਨ ਭਰਪੂਰ ਹੋਵੇਗਾ, ਕਾਮੇਡੀ ਦੀ ਗੱਲ ਵੀ ਹੋਵੇਗੀ ਔਰ ਕੁਛ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ। ਪਿਛਲੇ ਕੁਛ ਦਿਨਾਂ ਤੋਂ ਅਸੀਂ ਪੰਜਾਬ ਦੇ ਆਲੇ ਦੁਆਲੇ ਦੀ ਧਰਤੀ ਤੋਂ ਜੋ ਖਬਰਾਂ ਸਾਨੂੰ ਮਿਲ ਰਹੀਆਂ ਨੇ, ਕਿਉਂਕਿ ਭਾਵੇਂ ਵਸਦੇ ਅਸੀਂ ਵਿਦੇਸ਼ਾਂ ਦੇ ਵਿੱਚ ਹਾਂ ਪਰ ਸਾਡੀਆਂ ਜੜ੍ਹਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ, ਜਦੋਂ ਵੀ ਉੱਥੇ ਕੋਈ ਦੁਰਘਟਨਾ ਜਾਂ ਘਟਨਾ ਹੁੰਦੀ ਹੈ ਤਾਂ ਅਸੀਂ ਜ਼ਰੂਰ ਉੱਥੋਂ ਦੀ ਗੱਲਬਾਤ ਨੂੰ ਲੈ ਕੇ ਇੱਥੇ ਚਰਚਾ ਦਾ ਵਿਸ਼ਾ ਬਣਾਉਂਦੇ ਹਾਂ ਔਰ ਉਸ ਘਟਨਾ ਦੁਰਘਟਨਾ ਦੇ ਬਾਰੇ ਚਿੰਤਿਤ ਹੁੰਦੇ ਹਾਂ। ਵੈਸੇ ਤਾਂ ਨਸ਼ਿਆਂ ਦੀ ਗੱਲ ਕਰ ਲਈਏ, ਬੜੇ ਸਾਲਾਂ ਤੋਂ ਹੀ ਚੱਲਦਾ ਆ ਰਿਹਾ ਸਿਲਸਿਲਾ ਹੈ, ਪਰ ਕੁਛ ਕੁ ਸਾਲਾਂ ਦੇ ਵਿੱਚ, ਕੁਛ ਕੁ ਮਹੀਨਿਆਂ ਦੇ ਅੰਦਰ ਤਾਂ ਇਹ ਬਹੁਤ ਹੀ ਵੱਡੇ ਪੱਧਰ 'ਤੇ ਸਾਹਮਣੇ ਆਉਣ ਲੱਗ ਪਿਆ। ਜੇਕਰ ਜ਼ਿਕਰ ਕਰੀਏ ਤਾਂ ਇਸ ਦੇ ਵਿੱਚ ਸ਼ਮੂਲੀਅਤ ਜਿੱਥੇ ਬਿਊਰੋਕਰੈਟਸ ਦੀ, ਜਿੱਥੇ ਲੀਡਰਾਂ ਦੀ ਹੈ, ਉੱਥੇ ਸਾਡਾ ਆਪਣਾ ਯੋਗਦਾਨ ਵੀ ਇਸ ਦੇ ਵਿੱਚ ਕਾਫੀ ਬਣਦਾ ਹੈ, ਚਾਹੇ ਉਸ ਨੂੰ ਵਧਾਉਣ ਦੇ ਵਿੱਚ, ਚਾਹੇ ਉਸ ਨੂੰ ਰੋਕਣ ਦੇ ਵਿੱਚ। ਰੋਕਣ ਵਾਲੇ ਪਾਸੇ ਤੋਂ ਅਸੀਂ ਅਸਮਰਥ ਹਾਂ। ਇਸ ਤਰ੍ਹਾਂ ਹੀ ਇੱਕ ਗੱਲ ਸੰਗੀਤ ਦੇ ਵਿਸ਼ੇ ਦੀ ਗੱਲ ਕਰਦੇ ਹਾਂ। ਸੰਗੀਤ ਸਾਨੂੰ ਸਕੂਨ ਦਿੰਦਾ ਹੈ, ਆਤਮਿਕ ਸਕੂਨ ਦਿੰਦਾ ਹੈ। ਸੰਗੀਤ ਜੇ ਚੰਗਾ ਸੁਣਿਆ ਜਾਵੇ, ਸਾਹਿਤ ਚੰਗਾ ਸੁਣਿਆ ਜਾਵੇ, ਜਿੱਥੇ ਬੰਦਾ ਆਪਣੇ ਅੰਦਰ ਨੂੰ ਸਵਾਰਦਾ ਹੈ ਉੱਥੇ ਹੀ ਉਹ ਅਧਿਆਤਮਿਕ ਅਵਸਥਾ ਤੱਕ ਵੀ ਪਹੁੰਚਦਾ ਹੈ। ਸਾਇੰਸ ਨੇ ਸੰਗੀਤ ਦੇ ਜ਼ਰੀਏ ਪੌਦਿਆਂ ਨੂੰ ਵੱਧਦੇ ਫੁੱਲਦੇ ਹੋਏ ਦੇਖਿਆ। ਪੌਦਿਆਂ ਦੇ ਵਿੱਚ, ਬਨਸਪਤੀ ਦੇ ਵਿੱਚ ਇੱਕ ਅਜੀਬ ਜੀ ਗਰੋਥ ਦੇਖੀ ਹੈ। ਇਸੇ ਤਰ੍ਹਾਂ ਅਗਰ ਜਾਨਵਰਾਂ ਦੇ ਉੱਤੇ ਇਸ ਦਾ ਇਸਤੇਮਾਲ ਕੀਤਾ ਗਿਆ ਜਾਂ ਉਹਨਾਂ ਨੂੰ ਸੰਗੀਤ ਦੇ ਮਾਹੌਲ ਦੇ ਵਿੱਚ ਰਹਿਣ ਦਿੱਤਾ ਗਿਆ ਤਾਂ ਉਹਨਾਂ ਦੇ ਵਿੱਚ ਵੀ ਇੱਕ ਵੱਖਰੀ ਡਿਵੈਲਪਮੈਂਟ ਸਾਇੰਸ ਨੇ ਪਾਈ ਹੈ। ਸੂਫੀ ਸੰਤਾਂ ਵੱਲੋਂ ਰਚੀਆਂ ਰਚਨਾਵਾਂ ਜਦੋਂ ਚੰਗੇ ਸੰਗੀਤ ਦੇ ਤਹਿਤ ਸੰਗੀਤਬੱਧ ਕੀਤੀਆਂ ਹੋਣ, ਉਸ ਰਚਨਾ ਦੀ ਤਸੀਰ, ਮਾਹੌਲ ਜਾਂ ਜਿਸ ਅਹਿਸਾਸ ਦੇ ਵਿੱਚ ਉਹ ਲਿਖੀ ਗਈ ਹੋਵੇ, ਉਸ ਦੀ ਸਹੀ ਰਾਗ ਦੇ ਵਿੱਚ ਜਦੋਂ ਬੰਦਿਸ਼ ਬਣਾ ਦਿੱਤੀ ਜਾਵੇ ਤਾਂ ਉਹ ਰਚਨਾ ਬਹੁਤ ਹੀ ਉੱਤਮ ਹੋ ਜਾਂਦੀ ਹੈ ਔਰ ਉਸਨੂੰ ਸੁਣਨ ਦਾ ਦਿਲ ਵੀ ਕਰਦਾ ਹੈ ਅਤੇ ਉਹ ਰਚਨਾ ਸਾਡਾ ਦਿਲ ਵੀ ਟੁੰਬਦੀ ਹੈ। ਸੂਫੀ ਫਕੀਰਾਂ ਦੀਆਂ ਗੱਲਾਂ ਤੋਂ ਇੱਕ ਅਧਿਆਤਮਿਕ ਅਵਸਥਾ ਤੱਕ ਪਹੁੰਚਣ ਦਾ ਜ਼ਰੀਆ ਬਣ ਜਾਂਦਾ ਹੈ। ਸੰਗੀਤ ਦੀ ਦੁਨੀਆ ਵਿੱਚ ਅੱਜ ਜੋ ਸੂਫੀ ਚੋਲਾ ਪਵਾ ਪਰੋਸਿਆ ਜਾ ਰਿਹਾ ਹੈ, ਉਹ ਸੂਫੀਆਨਾ ਸੰਗੀਤ ਤੋਂ ਕਿਤੇ ਕੋਹਾਂ ਦੂਰ ਹੈ। ਅੱਜ ਦੀ ਮੰਡੀਰ ਗਾਇਕ ਆਪਣੇ ਆਪ ਨੂੰ ਉਸ ਉਚਾਈ 'ਤੇ ਲਿਜਾਉਣ ਲਈ ਜਾਂ ਸਸਤੀ ਸ਼ੋਹਰਤ ਪਾਉਣ ਦੇ ਲਈ ਗੀਤ ਦੇ ਬੋਲਾਂ ਦੇ ਨਾਲ ਵੀ ਸਮਝੌਤਾ ਕਰੀ ਜਾ ਰਹੇ ਹਨ। ਜੇਕਰ ਭੇਸਭੂਸ਼ਾ ਦੀ ਗੱਲ ਕਰ ਲਈਏ ਤਾਂ ਉਹ ਆਪਣੇ ਚਿਹਰੇ ਇਹੋ ਜਿਹੇ ਬਣਾਉਂਦੇ ਹਨ ਜਿਵੇਂ ਕਿ ਬਿੱਲੀ ਨੇ ਪਰਚਾਂਟੇ ਮਾਰੇ ਹੋਣ। ਇਹ ਗਾਇਕ ਜਦੋਂ ਸਟੇਜ 'ਤੇ ਆਪਣੀ ਪਰਫੋਰਮੈਂਸ ਦੀ ਗੱਲ ਕਰਨ ਲੱਗਦੇ ਹਨ ਤਾਂ ਗਾਇਕੀ ਨੂੰ ਭੁੱਲ ਆਪਣੀਆਂ ਹਰਕਤਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਗਾਇਕ ਸਮਾਜਿਕ ਬੁਰਾਈਆਂ, ਮਾੜੇ ਵਕਤ ਜਾਂ ਮਾੜੇ ਵਾਤਾਵਰਣ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਆਪਣਾ ਫਰਜ਼ ਸਮਝਦੇ ਸਨ। ਆਓ ਸੁਣਦੇ ਹਾਂ ਪੂਰਨ ਚੰਦ ਵਡਾਲੀ ਅਤੇ ਪਿਆਰੇ ਲਾਲ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ। ਗੁਲਾਮ ਫਰੀਦਾ ਜਿਸ ਤੇ ਉਹ ਮਿਹਰਬਾਨ ਹੋਵੇ
ਬਾਬਾ ਨਾਨਕ ਜੀ ਆਏ 13-13 ਤੋਲ ਗਏ ਸੌਦਾ ਇੱਕ ਜੈਸਾ ਕਰ ਦਿਆ। ਗੁਰੂ ਗੋਬਿੰਦ ਸਿੰਘ ਆਏ ਦੇਸ਼ ਕੀ ਖਾਤਰ ਧਰਮ ਬਚਾਣੇ ਕੀ ਖਾਤਰ ਸਾਰਾ ਪਰਿਵਾਰ ਲੁਟਾ ਦਿਆ ਸੌਦਾ ਇੱਕ ਜੈਸਾ ਕਰ ਗਏ। ਖਵਾਜਾ ਗੁਲਾਮ ਫਰੀਦ ਬਹੁਤ ਸੂਫੀ ਫਕੀਰ ਥੇ ਉਹਨਾਂ ਵੀ ਸੌਦਾ ਇੱਕ ਜੈਸਾ ਕੀਆ। ਕੈਸੇ ਜਬ ਵੋ ਜਾਤੇ ਥੇ ਯੇ ਸੂਰਤਾਂ ਹੀ ਦੇਖਾ ਕਰਤੇ ਥੇ ਜਿਸ ਸੂਰਤ ਕੋ ਦੇਖਣਾ ਕਹਿਣਾ ਵਾਹ ਪਰਵਰਦੇਗਾਰ ਅੱਲਾਹ ਤਾਲਾ ਯੇ ਸੂਰਤ ਤੇ ਬੈਠ ਕਰ ਕਹਾਂ ਪਰ ਬਣਾਤਾ ਹੈ। ਤੋ ਕੋਈ ਉੱਠ ਕਰ ਕਹਿਣੇ ਲਗਾ ਬਾਬਾ ਯੇ ਸਾਰਾ ਦਿਨ ਸੂਰਤਾਂ ਹੀ ਦੇਖਾ ਕਰਤਾ ਹੈ ਉਨਕੇ ਨਾਮ ਕੀ ਕੋਈ ਬੰਦਗੀ ਵੀ ਕਰਤਾ ਹੈ ਕੋਈ ਨਮਾਜ਼ ਵੀ ਗੁਜ਼ਾਰਤਾ ਹੈ ਕੋਈ ਤਸਵੀ ਕੇ ਦਾਨੇ ਵੀ ਫੇਰਤਾ ਕਿ ਨਹੀਂ। ਵੋ ਕਹਿਣੇ ਲਗਾ ਭਈਆ ਮੇਰੀ ਤਸਵੀ ਕੇ ਦਾਨੇ ਲੱਕੜੀ ਕੇ ਦਾਨੇ ਨਹੀਂ ਹੈ ਯੇ ਜਿਤਨੀ ਅੱਛੀ ਸੂਰਤੋਂ ਵਾਲੇ ਹੈ ਮੇਰੀ ਤਸਵੀ ਕੇ ਦਾਨੇ ਹੈ। ਅੱਲਾ ਜੋ ਖੁਦਾ ਕੀ ਸੂਰਤੇ ਬਣਾਈ ਹੈ ਯੇ ਜਿਤਨੀ ਅੱਛੀ ਸੂਰਤੋਂ ਵਾਲੇ ਹੈ ਮੇਰੀ ਤਸਵੀ ਕੇ ਦਾਨੇ ਹੈ ਨਿਗਾਹੋਂ ਮੇਂ ਫਿਰਤੇ ਰਹਿਤੇ ਹੈ ਇਬਾਦਤ ਹੋਤੀ ਜਾਤੀ ਹੈ। ਸੋ ਇਹ ਵੀ ਗਾਇਕ ਨੇ ਜਿਨ੍ਹਾਂ ਦੇ ਲੋਕ ਅੱਜ ਵੀ ਮੁਰੀਦ ਨੇ। ਜੇ ਅੱਜ ਦੇ ਨਵੇਂ ਆ ਰਹੇ ਗਾਇਕਾਂ ਦੀ ਗੱਲ ਕਰੀਏ ਤਾਂ ਉਹ ਸੂਫੀਆਨਾ ਰੰਗ ਦੇ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਵਾਲ ਪਿੱਛੇ ਨੂੰ ਖਿਲਾਰ, 2.5 ਕੁ ਗਜ ਪਰਨੇ ਦਾ ਕੱਪੜਾ ਸਿਰ 'ਤੇ ਬੰਨ, ਸੂਫੀ ਗਾਇਕ ਹੋਣ ਦਾ ਭਰਮ ਪਾਈ ਬੈਠੇ ਇਹ ਗਾਇਕ ਅੱਜ ਜੇ ਨੌਜਵਾਨੀ ਨੂੰ ਸੇਧ ਦੇਣ ਦੀ ਗੱਲ ਕਰਦੇ ਹਨ। ਹੁਣ ਅਸੀਂ ਝਾਤ ਉਹਨਾਂ ਮਸਤਾਂ ਦੇ ਡੇਰਿਆਂ ਵੱਲ ਮਾਰ ਲਈਏ ਕਿ ਇਹ ਨੌਜਵਾਨਾਂ ਨੂੰ ਜਿਹੜੇ ਮਸਤਾਂ ਦੇ ਡੇਰਿਆਂ ਵੱਲ ਲਿਜਾਣ ਦੀ ਗੱਲ ਕਰਦੇ ਹਨ ਉਹ ਨੰਗ ਤੜੰਗੇ ਲੋਕ, ਉਹ ਨਸ਼ੇੜੀ ਲੋਕ, ਉਹ ਸੁਲਫੇ ਦੀਆਂ ਲਾਟਾਂ ਨਾਲ ਜੋ ਆਪਣੇ ਆਪ ਨੂੰ ਗਾਲ ਚੁੱਕੇ ਹਨ, ਉਹਨਾਂ ਨੇ ਇਸ ਨੌਜਵਾਨੀ ਨੂੰ ਕੀ ਦੇਣਾ ਹੈ ਜਾਂ ਇਸ ਸਮਾਜ ਨੂੰ ਕੀ ਨਰੋਈ ਸੇਧ ਦੇਣੀ ਹੈ। ਪੰਜਾਬ ਦਾ ਨੌਜਵਾਨ ਤਾਂ ਅੱਜ ਸਿਸਟਮ ਤੋਂ ਨਿਰਾਸ਼ ਹੈ, ਬੇਰੁਜ਼ਗਾਰੀ ਤੋਂ ਪਰੇਸ਼ਾਨ ਹੈ ਜਾਂ ਫਿਰ ਨੇਤਾਵਾਂ ਵੱਲੋਂ ਪਰੋਸੇ ਜਾ ਰਹੇ ਨਸ਼ਿਆਂ ਦੇ ਦਰਿਆ ਵਿੱਚ ਹੜ ਰਿਹਾ ਹੈ। ਉਸ ਨੌਜਵਾਨੀ ਨੂੰ ਅੱਜ ਲੋੜ ਹੈ ਕੁਛ ਉੱਚੀਆਂ ਰਾਹਾਂ ਦਿਖਾਉਣ ਦੀ। ਇਹ ਜੋ ਗਾਇਕ ਨੌਜਵਾਨੀ ਦੇ ਸਦਾ ਹੀ ਰਾਹਗੀਰ ਬਣਦੇ ਹਨ, ਕਾਸ਼ ਇਹਨਾਂ ਨੂੰ ਇਹ ਸਮਝ ਆ ਸਕੇ ਕਿ ਅੱਜ ਪੰਜਾਬ ਦਾ ਨੌਜਵਾਨ ਜੋ ਨਿਰਾਸ਼ ਸੋਚ ਲਈ ਬੈਠਾ ਹੈ ਉਸ ਨੂੰ ਉਚਾਈਆਂ ਵੱਲ ਤੋਰਨ ਦੇ ਲਈ ਕੋਈ ਸੰਗੀਤ ਦੇ ਰੂਪ ਵਿੱਚ ਨਵਾਂ ਤੋਹਫ਼ਾ ਦੇ ਕੇ ਉਹਨਾਂ ਨੌਜਵਾਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸ਼ਾਇਦ ਉਹ ਬੜਾ ਵੱਡਾ ਉੱਦਮ ਹੋਵੇਗਾ। ਵਿਸ਼ਾ ਬਹੁਤ ਗੰਭੀਰ ਹੈ, ਵਿਸ਼ਾ ਸੰਜੀਦਾ ਵੀ ਬਹੁਤ ਹੈ। ਸਾਨੂੰ ਇਸ ਵਿਸ਼ੇ ਵੱਲ ਕੇਵਲ ਸੋਚਣ ਦੀ ਹੀ ਨਹੀਂ ਬਲਕਿ ਕੁਛ ਕਰਨ ਦੀ ਅਤੇ ਅੱਗੇ ਆਉਣ ਦੀ ਵਧੇਰੇ ਲੋੜ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪਹਿਲਾਂ ਗਿਆਨ ਭਾਵੇਂ ਘੱਟ ਸੀ ਪਰ ਸਤਿਕਾਰ ਬਹੁਤ ਜ਼ਿਆਦਾ ਸੀ। ਅੱਜ ਗਿਆਨ ਬੁਲੰਦੀਆਂ ਟੱਪ ਗਿਆ ਹੈ, ਸਤਿਕਾਰ ਪਤਾ ਨਹੀਂ ਕਿਧਰੇ ਗੁੰਮ ਹੋ ਗਿਆ ਹੈ। ਆਉਣ ਵਾਲੀਆਂ ਨਸਲਾਂ ਨੂੰ ਇਸ ਪਾਸੇ ਵੱਲ ਤੋਰਨ ਦੀ ਬਹੁਤ ਜ਼ਿਆਦਾ ਲੋੜ ਹੈ। ਜਿੱਥੇ ਸਤਿਕਾਰ, ਅਸੀਂ ਇਨਸਾਨੀ ਸਤਿਕਾਰ ਦੀ ਗੱਲ ਕਰਦੇ ਹਾਂ, ਉੱਥੇ ਸਾਨੂੰ ਸਤਿਕਾਰ ਸਾਡੀ ਬੋਲੀ, ਸਾਡੇ ਸਾਹਿਤ, ਸਾਡੇ ਸੰਗੀਤ ਦਾ ਵੀ ਕਰਨਾ ਬਣਦਾ ਹੈ। I love it. We'll meet you at the new place. Purba Furniture. Aake dekho saadi quality and style. Ehi hai jagah. Brand name te sevaan layi aaj hi phone karo 416-674-1833. Tuhade pyar sadke hi assi kamyaab haan. Is vich koi vi shak nahi. Purba Furniture. Insurance ate investment planning saade overall financial plan da ik ahem hissa hai.
ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RRSP, RESP ਅਤੇ ਆਪਣੇ ਕੰਪਲੀਟ ਫਾਈਨੈਂਸ਼ੀਅਲ ਪੋਰਟਫੋਲੀਓ ਰਿਵਿਊ ਵਾਸਤੇ ਤੁਸੀਂ ਇਕਬਾਲ ਬਰਾੜ ਨੂੰ ਅੱਜ ਹੀ ਫੋਨ ਕਰ ਸਕਦੇ ਹੋ 416-803-3868 416-803-3863। अमेरिका वांगू हुण स्टीवन फर्नीचर ते भी ब्लैक फ्राइडे सेल सेल, जिस विच सेक्शनल सोफा सेट ओनली 499, 8 पीस बेडरूम सेट ओनली 799, लेदर मैच सोफा विद रिक्लाइनर ओनली 649, सीली पोस्टरपीडिक पिलो टॉप मैट्रेस ओनली 499, किड्स बेड ओनली 299। जी हां, ब्रांड नेम फर्नीचर अप टू 55% ऑफ। एह ना भुलन वाली ब्लैक फ्राइडे दी सेल नू मिस ना करना। जी हां, स्टीवन फर्नीचर। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਫਿਲੀਪੀਨਸ ਦੇ ਵਿੱਚ ਆਏ ਟਾਈਫੂਨ ਦੇ ਨਾਲ ਬਹੁਤ ਹੀ ਕਹਿਰ ਢਾਇਆ ਗਿਆ ਹੈ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਾਨਾਂ ਗਈਆਂ ਹਨ, ਮੌਤਾਂ ਹੋਈਆਂ ਹਨ, ਲੱਖਾਂ ਹੀ ਲੋਕ ਘਰੋਂ ਬੇਘਰ ਹੋ ਗਏ ਹਨ ਔਰ ਕਾਫੀ ਹਲੇ ਤੱਕ ਲਾਪਤਾ ਹਨ। ਸੋ ਇਹੋ ਜਿਹੇ ਕਾਰਜ ਦੇ ਵਿੱਚ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ। ਸਰਕਾਰਾਂ ਵੱਲੋਂ ਉੱਦਮ ਕੀਤੇ ਜਾ ਰਹੇ ਹਨ, ਦੇਸ਼ਾਂ ਵਿਦੇਸ਼ਾਂ 'ਚੋਂ ਮਦਦ ਪਹੁੰਚਾਈ ਜਾ ਰਹੀ ਹੈ। ਇਸ ਤਰ੍ਹਾਂ ਦੀ ਹੀ ਇੱਕ ਸੰਸਥਾ ਹੈ ਯੂਨਾਈਟਿਡ ਸਿੱਖਸ। ਯੂਨਾਈਟਿਡ ਸਿੱਖਸ ਨੂੰ ਜੇਕਰ ਅਸੀਂ ਤੁਹਾਨੂੰ ਦੱਸੀਏ ਤਾਂ ਹੈਤੀ ਦੇ ਵਿੱਚ ਆਏ ਭੁਚਾਲ ਵੇਲੇ ਯੂਨਾਈਟਿਡ ਸਿੱਖਸ ਇੱਕ ਐਸੀ ਸੰਸਥਾ ਸੀ ਜਿਸ ਨੇ ਤੀਸਰੇ ਦਿਨ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ। ਇਸੇ ਤਰ੍ਹਾਂ ਹੀ ਯੂਨਾਈਟਿਡ ਸਿੱਖਸ ਵੱਲੋਂ 19 ਨਵੰਬਰ ਨੂੰ ਫਿਲੀਪੀਨਸ ਦੇ ਵਿੱਚ ਆਪਣੀ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। 1700 ਦੇ ਕਰੀਬ ਆਈਸਲੈਂਡਸ ਤਬਾਹ ਹੋ ਗਏ ਹਨ, ਕੈਂਪਸ ਦੇ ਸੈਟਅਪ ਕੀਤੇ ਜਾ ਰਹੇ ਹਨ, 6 ਤੋਂ 8 ਵਲੰਟੀਅਰ ਯੂਨਾਈਟਿਡ ਸਿੱਖਸ ਵੱਲੋਂ ਇਸ ਵੇਲੇ ਉੱਥੇ ਪਹੁੰਚ ਗਏ ਹਨ ਔਰ ਜੋ ਉੱਥੋਂ ਦੇ ਆਲੇ ਦੁਆਲੇ ਦਾ ਮੁਆਇਨਾ ਵੀ ਕਰ ਰਹੇ ਹਨ ਕਿ ਹੋਰ ਕਿਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਸੋ ਅਸੀਂ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਹੋ ਸਕੇ ਤਾਂ ਕੈਸ਼ ਡੋਨੇਸ਼ਨਸ, ਯੂਨਾਈਟਿਡ ਸਿੱਖਸ ਨੇ ਜੋ ਆਪਣਾ ਅਕਾਊਂਟ TD ਬੈਂਕ ਦੇ ਵਿੱਚ ਹੈ ਉੱਥੇ ਦੇ ਸਕਦੇ ਹੋ। ਅਸੀਂ ਤੁਹਾਨੂੰ ਇਸ ਅਕਾਊਂਟ ਦੇ ਫਿਗਰਸ ਵੀ ਦੇ ਰਹੇ ਹਾਂ ਔਰ ਹੇਠਾਂ ਸਕਰੀਨ ਦੇ ਉੱਤੇ ਵੀ ਦੇ ਰਹੇ ਹਾਂ। ਇਹ ਅਕਾਊਂਟ TD ਬੈਂਕ ਦੇ ਵਿੱਚ ਹੈ, ਟ੍ਰਾਂਜ਼ਿਟ ਨੰਬਰ ਹੈ 0184, ਅਕਾਊਂਟ ਨੰਬਰ ਹੈ 5233419। ਯੂਨਾਈਟਿਡ ਸਿੱਖਸ ਇੱਕ ਐਸੀ ਔਰਗਨਾਈਜੇਸ਼ਨ ਹੈ ਜਿਸ ਨੂੰ UNO ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ ਔਰ ਖਾਸ ਕਰਕੇ ਅਮੈਰੀਕਾ ਦੇ ਰਾਸ਼ਟਰਪਤੀ ਓਬਾਮਾ ਜੀ ਵੱਲੋਂ ਆਪਣੇ ਵਰਡਸ ਦੇ ਵਿੱਚ ਇਸ ਸੰਸਥਾ ਨੂੰ ਰਿਕੋਗਨਾਈਜ਼ ਵੀ ਕੀਤਾ ਗਿਆ ਹੈ। ਯੂਨਾਈਟਿਡ ਸਿੱਖਸ ਨੂੰ ਕੁਝ ਹੋਰ ਵਲੰਟੀਅਰਸ ਦੀ ਵੀ ਲੋੜ ਹੈ ਕਿਉਂਕਿ ਦੂਸਰੀ ਟੀਮ ਉੱਥੇ ਕੰਸਟਰਕਸ਼ਨ ਦੇ ਲਈ ਜਾ ਰਹੀ ਹੈ ਜਿਸ ਵਿੱਚ ਕੰਸਟਰਕਸ਼ਨ ਵਰਕਰਸ, ਇਲੈਕਟ੍ਰੀਕਲ ਟੈਕਨੀਸ਼ੀਅਨ, ਨਰਸਿੰਗ ਵਰਕਰਸ ਜਾਂ ਫਸਟ ਏਡ ਵਰਕਰਸ। ਅਗਰ ਤੁਸੀਂ ਇਸ ਇਨਸਾਨੀਅਤ ਦੇ ਕਾਜ਼ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਤਾਂ ਤੁਸੀਂ ਯੂਨਾਈਟਿਡ ਸਿੱਖਸ ਦੇ ਦਫ਼ਤਰ ਦੇ ਨੰਬਰ 905-672-2245 'ਤੇ ਸੰਪਰਕ ਕਰ ਸਕਦੇ ਹੋ ਜਾਂ ਸਰਦਾਰ ਰਣਵੀਰ ਸਿੰਘ ਹੋਣਾ ਨਾਲ 416-302-2234 'ਤੇ ਸੰਪਰਕ ਕਰ ਸਕਦੇ ਹੋ। ਸੋ ਸਾਨੂੰ ਇਸ ਕਾਰਜ ਦੇ ਵਿੱਚ ਆਪਣਾ ਦਸਵੰਧ ਕੱਢਦਿਆਂ ਹੋਇਆਂ ਯੋਗਦਾਨ ਪਾਉਣਾ ਬਣਦਾ ਹੈ। ਅਕਾਊਂਟ ਨੰਬਰ ਸਕਰੀਨ 'ਤੇ ਹਨ। ਯੂਨਾਈਟਿਡ ਸਿੱਖਸ ਵੱਲੋਂ ਕੀਤੇ ਕਾਰਜ ਦੀਆਂ ਕੁਛ ਫੋਟੋਗ੍ਰਾਫਸ, ਕੁਛ ਵੀਡੀਓਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਾਗਜ਼, ਕਾਇਦਾ ਅਤੇ ਕਲਮ ਹਮੇਸ਼ਾ ਰਹਿੰਦੇ ਨੇ ਜੇ ਸੱਚ ਕਦੇ ਕੋਈ ਇਸ ਦੁਨੀਆ ਵਿੱਚ ਬੋਲੇ ਨਾ।
29 ਸਾਲਾਂ ਦੀ ਉਡੀਕ ਤੋਂ ਬਾਅਦ ਵੀ ਅੱਜ ਸਿੱਖ ਨੇਸ਼ਨ ਨੂੰ 1984 ਸਿੱਖ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ। ਭਾਰਤ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਸ਼ਹਿਰੀਆਂ ਨਾਲ ਕੀਤੇ ਜਾ ਰਹੇ ਇਸ ਪੱਖਪਾਤ ਦੀ ਇੱਕ ਵੱਡੀ ਮਿਸਾਲ ਹੈ। ਸਿੱਖ ਕੌਮ ਵਿੱਚ ਹਲੇ ਤਾਂ ਇਹ ਇੱਕ ਬਹੁਤ ਵੱਡੀ ਦੁਬਿਧਾ ਹੈ ਕਿ ਸਾਡੇ ਨਾਲ ਹੋਇਆ ਕੀ ਹੈ, ਕਿਹਨੇ ਕੀਤਾ ਹੈ। ਹਲੇ ਤਾਂ ਕੌਮ ਨੂੰ ਹੀ ਜਗਾਉਣ ਦਾ ਬੜਾ ਵੱਡਾ ਮਸਲਾ ਸਾਹਮਣੇ ਆ ਰਿਹਾ ਹੈ। ਟੋਰਾਂਟੋ ਦੇ ਨੌਜਵਾਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਸਿੱਖ ਯੂਥ ਫੈਡਰੇਸ਼ਨ ਵੱਲੋਂ ਇੱਕ ਕੈਂਡਲ ਇਨ ਦਾ ਡਾਰਕ ਇੱਕ ਐਗਜ਼ੀਬਿਸ਼ਨ, ਜੋ ਕਿ ਤੱਥ ਭਰਪੂਰ ਐਗਜ਼ੀਬਿਸ਼ਨ ਹੈ ਜਿਸ ਦੇ ਵਿੱਚ ਵੱਡੇ ਵੱਡੇ ਬੋਰਡ ਬਣਵਾ ਕੇ ਲਾਈਟ ਅਰੇਂਜਮੈਂਟ ਦੇ ਤਹਿਤ, ਮਿਊਜ਼ਿਕ ਅਰੇਂਜਮੈਂਟ ਦੇ ਤਹਿਤ ਇਹ ਐਗਜ਼ੀਬਿਸ਼ਨ ਵੱਖ ਵੱਖ ਸਕੂਲਾਂ ਦੇ ਵਿੱਚ ਪਿਛਲੇ ਤਕਰੀਬਨ 20 ਦਿਨਾਂ ਤੋਂ ਲਾਈ ਗਈ ਹੈ। ਉਹਨਾਂ ਦਾ ਮਕਸਦ ਜਿੱਥੇ ਲੋਕਾਂ ਨੂੰ ਸਿੱਖ ਨੇਸ਼ਨ ਨਾਲ ਹੋਏ ਵਰਤਾਰੇ ਬਾਰੇ ਦੱਸਣਾ ਹੈ, ਵੱਖ ਵੱਖ ਕਮਿਊਨਿਟੀਜ਼ ਦੇ ਵਿੱਚ ਇਸ ਦੀ ਗੱਲ ਨੂੰ ਪਸਾਰਨਾ ਹੈ, ਪਹੁੰਚਾਉਣਾ ਹੈ, ਉੱਥੇ ਹੀ ਆਉਣ ਵਾਲੀਆਂ ਨਸਲਾਂ ਨੂੰ ਇਸ ਚੀਜ਼ ਬਾਰੇ ਜਾਗਰੂਕ ਕਰਨਾ ਹੈ ਕਿ ਸਾਡੇ ਨਾਲ ਸਾਡੇ ਭਾਰਤ ਦੇਸ਼ ਦੇ ਵਿੱਚ ਆਹ ਕੁਝ ਹੋਇਆ ਹੈ। ਬਹੁਤ ਵੱਡਾ ਕਾਰਜ ਇਹਨਾਂ ਨੌਜਵਾਨਾਂ ਨੇ ਵਿੱਢਿਆ ਹੈ ਔਰ ਕਾਫੀ ਤਾਦਾਦ ਦੇ ਵਿੱਚ ਲੋਕਾਂ ਨੇ ਇਸ ਐਗਜ਼ੀਬਿਸ਼ਨ ਏ ਕੈਂਡਲ ਇਨ ਦਾ ਡਾਰਕ ਨੂੰ ਵੇਖਿਆ ਹੈ ਔਰ ਜਦੋਂ ਹਕੀਕਤ ਸਾਹਮਣੇ ਆਈ ਹੈ ਤਾਂ ਉਹ ਲੋਕਾਂ ਦੇ ਚਿਹਰੇ ਵੀ ਵੇਖਣ ਵਾਲੇ ਸਨ। PVTV ਟੀਮ ਨੇ ਇਸ ਐਗਜ਼ੀਬਿਸ਼ਨ ਨੂੰ ਕਵਰ ਕੀਤਾ ਹੈ। ਪੇਸ਼ ਨੇ ਉਸ ਐਗਜ਼ੀਬਿਸ਼ਨ ਦੀਆਂ ਕੁਝ ਝਲਕੀਆਂ। ਜਿਹੜਾ ਐਕਸੀਬਿਸ਼ਨ ਲਾਇਆ ਜੀ ਅਸੀਂ, ਇਹ ਨਾਂ ਤੋਂ ਪਤਾ ਲੱਗਦਾ ਵੀ ਇਹਦਾ ਮਕਸਦ ਕੀ ਹੈ। ਨਾਂ ਰੱਖਿਆ ਤਾਂ ਕੈਂਡਲ ਇਨ ਦਾ ਡਾਰਕ। ਜਿਹੜੀ ਕੈਂਡਲ ਹੈਗੀ ਉਹ ਜੋਤ ਹੈ, ਜਿਹੜਾ ਗੁਰੂ ਨਾਨਕ, ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਦੁਨੀਆਂ ਵਾਸਤੇ ਉਹ ਇੱਕ ਜੋਤ ਆ, ਅਤੇ ਜਿਹੜਾ ਹਨੇਰਾ ਜਿਹੜਾ ਡਾਰਕ ਉਹ ਕਲਯੁੱਗ, ਵੀ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਦੁਨੀਆਂ ਵਾਸਤੇ ਉਹਦੇ ਖਿਲਾਫ ਸ਼ੁਰੂ ਤੋਂ ਕੀ ਜ਼ੁਲਮ ਹੋਇਆ, ਵੀ ਜਿਹੜਾ 84 'ਚ ਜਿਹੜੀ ਜੋ ਵੀ ਹੋਇਆ ਇਹ ਸਿੱਖਾਂ ਵਾਸਤੇ ਇੱਕ ਨਵੀਂ ਚੀਜ਼ ਨਹੀਂ। ਇਹ ਆਪਾਂ ਜੇ ਇਤਿਹਾਸ ਪੜ੍ਹੀਏ, ਗੁਰੂ ਨਾਨਕ ਦੇਵ ਜੀ ਨੇ ਜੇਲ੍ਹ ਕੱਟੀ, ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪਾਈ, ਗੁਰੂ ਤੇਗ ਬਹਾਦਰ ਜੀ ਨਾਲ ਉਹਨਾਂ ਨੇ ਸ਼ਹੀਦੀ ਪਾਈ। ਗਾਂ ਆਪਾਂ ਜਾਣਦੇ ਹਾਂ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ, ਮਿਸਲਾਂ ਦਾ ਇਤਿਹਾਸ, ਗੋਰਾਂ ਦੇ ਜਦੋਂ ਗੋਰਾਂ ਦੇ ਵੇਲੇ ਜਿਹਨੂੰ ਅੰਗਰੇਜ਼ਾਂ ਨੇ ਵੀ ਰਾਜ ਕਰਿਆ ਪੰਜਾਬ 'ਤੇ, ਕੀ ਸਿੱਖਾਂ ਨਾਲ ਕੀ ਜ਼ੁਲਮ ਹੋਇਆ। ਸੋ ਅਸੀਂ ਸਾਰਾ ਵਿਖਾਉਣਾ ਚਾਹੁੰਦੇ ਹਾਂ ਵੀ ਸ਼ੁਰੂ ਤੋਂ ਇਹ ਜਿਹੜਾ ਗੁਰੂ ਨਾਨਕ ਜੀ ਦਾ ਸੁਨੇਹਾ ਦੁਨੀਆਂ ਵਾਸਤੇ ਕੀ ਇਹਦੇ ਨਾਲ ਹੁੰਦਾ ਰਿਹਾ, ਅਤੇ ਕਿਵੇਂ ਸਿੱਖ ਅਖੀਰ 'ਤੇ ਜਿੱਤਦੇ ਹੀ ਰਹੇ ਆ ਹਮੇਸ਼ਾ। ਸੋ ਅਸੀਂ ਹੁਣ ਜੇ ਆਪਾਂ ਵੇਖੀਏ, ਆਮ ਲੋਕਾਂ ਨਾਲ ਗੱਲ ਕਰੀਏ, ਸਾਰੇ ਜਾਣਦੇ ਆ ਯਹੂਦੀਆਂ ਨੂੰ ਕੀ ਹੋਇਆ ਵਰਲਡ ਵਾਰ ਟੂ ਦੇ ਵਿੱਚ, ਰਵਾਂਡਾ ਬਾਰੇ ਸਾਰੇ ਜਾਣਦੇ ਆ, ਗੁਜਰਾਤ ਬਾਰੇ ਸਾਰੇ ਜਾਣਦੇ ਆ। ਤੁਸੀਂ ਜਿੱਥੇ ਜਾ ਰਹੇ ਜੋ ਸਕੂਲਾਂ 'ਚ ਜਾਵੜੋ, ਪ੍ਰੋਫੈਸਰਾਂ ਨਾਲ ਗੱਲ ਕਰ ਲਓ, ਜਿੱਥੇ ਵੀ ਜਾਵੜੋ, ਹਜੇ ਤੱਕ ਕਿਸੇ ਨੂੰ 84 ਨਹੀਂ ਪਤਾ, 30 ਸਾਲ ਹੋ ਗਏ। ਸੋ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇੱਥੋਂ ਸਾਡੀ ਪੀੜ੍ਹੀ ਹੈ, ਇੱਥੋਂ ਦੇ ਅਸੀਂ ਜਿਹਨੂੰ ਇੱਥੋਂ ਦਾ ਬਰਥ ਹੋਇਆ ਕੈਨੇਡਾ ਦਾ, ਵੀ ਅਸੀਂ ਇੱਥੇ ਦੱਸ ਸਕੀਏ ਸਿੱਖਾਂ ਨਾਲ ਕੀ ਹੋਇਆ, ਵੀ ਅਸੀਂ ਵੀ ਇਹ ਸਿੱਖ ਕੌਮ ਕਦੇ ਭੁੱਲਦੀ ਨਹੀਂ ਗੀ, ਅਸੀਂ ਇਨਸਾਫ ਲੈਣਾ ਜ਼ਰੂਰ ਆ। ਅਤੇ ਇੱਕ ਸਟੈਪ ਇਨਸਾਫ ਲੈਣ ਦਾ ਇਹ ਆ ਵੀ ਪਹਿਲਾਂ ਲੋਕਾਂ ਨੂੰ ਜਾਣਕਾਰੀ ਪਤਾ ਹੋਣਾ ਚਾਹੀਦਾ ਵੀ ਕੀ ਹੋਇਆ ਸਿੱਖਾਂ ਨਾਲ। ਸੋ ਅਸੀਂ ਸਾਰੀਆਂ ਕਮਿਊਨਿਟੀਆਂ ਨੂੰ ਇੱਥੇ ਸੱਦਿਆ, ਖਾਸ ਕਰਕੇ ਐਂ ਨਹੀਂ ਵੀ ਤੂੰ ਕਦੇ ਹੋਰ ਕਮਿਊਨਿਟੀਆਂ ਨੂੰ, ਕਈ ਵਾਰੀ ਆਪਾਂ ਕਹਿੰਦੇ ਵੀ ਦੂਜਿਆਂ ਨੂੰ ਪਤਾ ਹੋਣਾ ਚਾਹੀਦਾ, ਅਸੀਂ ਵੇਖਿਆ ਯੂਥ ਨੇ ਵੀ ਆਪਾਂ ਨੂੰ ਨਹੀਂ ਹਜੇ ਪਤਾ, ਬਹੁਤ ਆਪਣਾ ਅਸੀਂ ਯੂਥ ਨਾਲ ਗੱਲ ਕਰਦੇ ਹਾਂ, ਉਹਨਾਂ ਨੂੰ ਨਹੀਂ ਪਤਾ 84 'ਚ ਕੀ ਹੋਇਆ। ਓਲਡਰ ਜਨਰੇਸ਼ਨ ਵੀ, ਉਹਨਾਂ ਨੂੰ ਬਹੁਤ ਜਾਣਨ ਨੂੰ ਹਜੇ ਪੂਰੀ ਤਰ੍ਹਾਂ ਪਤਾ ਨਹੀਂ ਸਿੱਖਾਂ ਨਾਲ ਕੀ ਹੋਇਆ ਫੁੱਲ ਡਿਟੇਲ ਦੇ ਵਿੱਚ। ਜਦਕਿ ਫਰਜ਼ ਓਲਡਰ ਜਨਰੇਸ਼ਨ ਦਾ ਬਣਦਾ ਸੀਗਾ ਕਿ ਉਹ ਤੁਹਾਨੂੰ ਜਾਣਕਾਰੀ ਦਿੰਦੇ, ਉਹ ਮੂਹਰੇ ਆ ਕੇ ਤੁਹਾਨੂੰ ਆਪਣੇ ਨਾਲ ਲੈ ਕੇ ਅੱਗੇ ਚੱਲਦੇ, ਕੀ ਇਸ ਤੋਂ ਹਟ ਕੇ ਓਨਟੈਰੀਓ ਸਿੱਖ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹਨਾਂ ਵੱਲੋਂ ਕੋਈ ਸਪੋਰਟ ਤੁਹਾਨੂੰ ਮਿਲੀ ਹੈ? ਹਾਂਜੀ ਜੀ, ਜਿਹੜਾ ਹੁਣ ਜਿਹੜੀ ਆਮ ਕਮਿਊਨਿਟੀ ਮੈਂਬਰ ਆਪਣੇ, ਜਿਹੜਾ ਹੁਣ ਜਿਹੜਾ ਖਰਚਾ ਹੋਇਆ ਸਾਰਾ, ਇਹ ਅਸੀਂ ਯੂਥ ਤਾਂ ਜਾਂ ਪਾਰਟ ਟਾਈਮ ਕੰਮ ਕਰਦੇ ਹਾਂ, ਜਾਂ ਅਸੀਂ ਜੇ ਛੁੱਟੀਆਂ 'ਚ ਟਿਊਸ਼ਨ ਵਾਸਤੇ ਪੈਸੇ ਇਕੱਠੇ ਕਰਦੇ ਹਾਂ, ਉਹ ਹੀ ਸਾਡੇ ਕੋਲ ਸੀਗਾ ਜੋ ਅਸੀਂ ਹੁਣ ਖਰਚਾ ਪੂਰਾ ਕਰਿਆ। ਕਮਿਊਨਿਟੀ ਦੀ ਹੈਲਪ ਬਿਨਾਂ ਹੋ ਨਹੀਂ ਸਕਦਾ ਸੀਗਾ,
ਪਰ ਜੇ ਹੁਣ ਅਸੀਂ ਕਹੀਏ ਵੀ ਕਿਸੇ ਗੁਰਦੁਆਰੇ ਨੇ ਸਪੋਰਟ ਕਰੀਏ ਜਾਂ ਹੋਰ ਕਿਸੇ ਵੱਡੀ ਆਰਗੇਨਾਈਜੇਸ਼ਨ ਨੇ ਨਹੀਂ ਕਿਸੇ ਨੇ ਨਹੀਂ ਕਰੀ ਕਿਸੇ ਨੇ ਸਪੋਰਟ ਇਟਸ ਕਾਈਂਡ ਆਫ ਸੈਡ ਦੈਟ ਅਵੇਅਰਨੈਸ ਇਜ਼ ਦਾ ਫਰਸਟ ਸਟੈਪ ਰਾਈਟ ਬਟ ਵੀ ਹੈਵਨਟ ਈਵਨ ਗਾਟਨ ਟੂ ਦੈਟ ਸਟੈਪ ਐਂਡ ਇਟਸ ਬੀਨ 30 ਈਅਰਸ ਰਾਈਟ ਸੋ ਫਾਰ ਅਸ ਇਫ ਵੀ ਕੈਨ ਸਪਰੈਡ ਅਵੇਅਰਨੈਸ ਦੈਟਸ ਦਾ ਫਰਸਟ ਸਟੈਪ ਐਂਡ ਵਨ ਵੀ ਕੈਨ ਮੂਵ ਔਨ ਫਰੋਮ ਦੈਟ ਐਸ ਸੂਨ ਐਸ ਆਰ ਯੂਥ ਐਂਡ ਲਾਈਕ ਦੇ ਅੰਡਰਸਟੈਂਡ ਵਾਟ ਹੈਪਨ 1984 they have that anger they have not anger they have that passion inside of them to give justice to other people then we'll be able to create change well we know what happened in 1984 right and that wasn't from like it people have this misconception of it happening because of local Hindus and all of that but it wasn't Hindus that did this to us it wasn't they're the ones that actually came and lied down in front of our businesses and were like if you want to get there you have to go through us right it was the leaders that did this to us it was this whole conception of like of getting rid of Sikhs so it was a genocide right ji assi inna naujawanan nu apne naal leke agge turange apni soch inna de naal mila ke agge turange ta is de vich koi shak nahi ke assi apne nishane fateh karde jawange november mahina Sikh nation de layi bahut hi उदासी भरिया महीना है क्योंकि 1984 का सिख कतलेआम जो कि एक सरकारी जेनोसाइड प्लान सी सिखां दा और इस तहत सिख्स फॉर जस्टिस वालों एक लंबी लड़ाई कानूनी लड़ाई लड़ी जा रही है जिस वालों देशों विदेशों विच पटीशन फाइल कीतियां जा रही हैं रीसेंटली UNO जनेवा दे विच एक पटीशन जिस दे विच 10 लाख दस्तक किए गए हैं पेश की गई है और अगले साल तक उस पटीशन दे रिजल्ट भी आ जाने हैं सिक्स फॉर जस्टिस 7 दिसंबर नू एक विशेष कन्वेंशन करन जा रही है जो कि मूनलाइट कन्वेंशन सेंटर विखे हो रही है जो डेरी एंड एयरपोर्ट ते स्थित है आप सब नू अपील करते हैं कि इस कन्वेंशन दे विच जरूर शामिल होवो जी और सिक्स फॉर जस्टिस दे हथ मजबूत करो इस कन्वेंशन दे विच 1984 ਕਤਲੇਆਮ ਦੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਜੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ ਸੋ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਆਪ ਆਪਣੀਆਂ ਟਿਕਟਾਂ ਲੀਗਲ ਐਡਵਾਈਜ਼ਰ ਹਰਜੀਤ ਸਿੰਘ ਸਹੋਤਾ ਨੂੰ ਕਾਲ ਕਰਕੇ 647-869-7746 647-869-7746 'ਤੇ ਕਾਲ ਕਰਕੇ ਰਿਜ਼ਰਵ ਕਰਵਾ ਸਕਦੇ ਹੋ हेलो मेरी लास्ट वार्निंग है देख सुन तेनू हाँ ओ बदतमीज काम कराने मूहरे हो जाने पेमेंट दे नहीं रहे तुसी दिमाग खराब है तेरा मैनू पेमेंट फड़ाएगा पेमेंट मेरे भतीजे फड़ाओ जा बीबी जी हूँ तेनू मैं दसा बीबी जी कौन ने ओ तेनू पता नहीं बदतमीज मंत्रियों के बीबी जी कौन होंगे ने हाँ जल्दी पहुँच जी करो स्टपैड जल्दी कराओ यार काम अपनी इलाके जित गई जय हिंद भी बहुत दुनिया प्यार कर दी थोनू जिथे जाने हो लोग थू थू कर दे टू 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 बहुत गड्डिया घुगू बजे ठीक है कम दसो की है कम ਕੰਮ ਤਾਂ ਕਹਦਾ ਜੀ ਉਹ ਮੁੰਡਾ ਜੀ ਮੇਰਾ ਵੱਡਾ ਮੁੰਡਾ ਜੀ ਵਿਹਲਾ ਫਿਰਦਾ ਜੀ ਉਹਨੇ ਵੋਟਾਂ ਬਹੁਤ ਪਾਈਆਂ ਉਹਨੇ ਐਤਕੀ 15 ਵੋਟਾਂ ਪਾਈਆਂ ਜਾਲੀ ਤੁਹਾਨੂੰ ਮੈਂ ਉਹਨੂੰ ਆਖਿਆ ਸੀ ਵੀ ਮੈਂ ਹੈਗਾ ਬਥੇਰਾ ਇਸ ਕੰਮ ਨੂੰ ਉਹ ਕਹਿੰਦਾ ਬਾਪੂ ਮੈਂ ਤਾਂ ਨਾ ਪਾਉਣੀਆਂ ਵੋਟਾਂ ਖੜੇ ਪੈ ਗਿਆ 15 ਭਗਤਾਂ ਆਇਆ ਉਹ ਵਿਹਲਾ ਫਿਰਦਾ ਮੈਂ ਕਿਹਾ ਨੌਕਰੀ ਲਵਾ ਦੇਈਏ ਹਰ ਚੀਜ਼ ਲਿਆਉਂਦੀ ਹੈ ਜੀ ਆ ਮਾਰਿਓ ਹਰੇ ਜੇ ਪਿੰਨ ਨਾਲ ਘੁੱਗੀ ਮਤਲਬ ਵੀ ਉਹਨੂੰ ਨੌਕਰੀ ਦੇ ਦੇਈਏ ਪੀਏ ਬਾਅਦ 'ਚ ਪੀ ਲਾਂਗੇ ਜੀ ਪਹਿਲਾਂ ਕੰਮ ਕਰ ਲਈਏ ਪੀਣੀ ਤੁਹਾਡੇ ਨਾਲ ਜ਼ਰੂਰ ਆਈ ਕਦੇ ਉਹ ਮੈਂ ਤੇਰੇ ਨਾਲ ਪੀਣ ਦੀ ਗੱਲ ਨਹੀਂ ਕਰ ਰਿਹਾ ਮੈਂ ਮੁੰਡੇ ਨੂੰ ਕਹਿੰਦਾ ਵੀ ਅਰਜੀ ਦੇਖੇ ਕੀ ਲਿਖਿਆ ਹੋਇਆ ਇਹਦੇ ਵਿੱਚ ਆ ਸਮਾਰ ਕੇ ਠਾ ਮੁੰਡਿਆਂ ਨੂੰ ਵੀ ਓਏ ਓਹੋ ਬਈ ਇਹ ਨੌਕਰੀ ਤੇਰੇ ਮੁੰਡੇ ਨੂੰ ਨਹੀਂ ਮਿਲ ਸਕਦੀ ਕੋਈ ਇਹ ਨੌਕਰੀ ਹੈਗੀ ਹੈਂਡੀਕੈਪਟ ਵਾਸਤੇ ਹਾਂ ਕਿਉਂ ਮਜ਼ਾਕ ਕਰਦੇ ਹੋ LML ਸਾਹਿਬ ਜੀ ਸਾਡੇ ਗਰੀਬਾਂ ਕੋਲ ਜੀ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੈਲੀਕਾਪਟਰ ਕਿੱਥੋਂ ਲਿਆਈ ਓਏ ਹੈਲੀਕਾਪਟਰ ਨਹੀਂ ਹੈਂਡੀਕੈਪਟ ਮੇਰਾ ਮਤਲਬ ਹੈ ਵੀ ਕਿਵੇਂ ਸਮਝਾਵਾਂ ਯਾਰ ਹੈਂਡੀਕੈਪਟ ਦਾ ਮਤਲਬ ਵੀ ਜਿਨ੍ਹਾਂ ਦਾ ਕੋਈ ਅੰਗ ਪੈਰ ਹੈ ਨਹੀਂ ਅੰਗ ਪੈਰ ਮਰਿਆ ਹੋਇਆ ਜਿਹਦੇ ਲੱਤਵਾ ਨਹੀਂ ਯਾਰ
ਉਹਨਾਂ ਲਈ ਨੌਕਰੀ ਆ ਰਹੀ ਐਲ ਐਮ ਸਾਹਿਬ ਜੀ ਹੁਣ ਤੁਹਾਡੇ ਹੁੰਦੇ ਸਾਨੂੰ ਇਹ ਨੌਕਰੀਆਂ ਮਿਲਣੀਆਂ ਹੀ ਨਹੀਂ ਪਰ ਤੁਹਾਨੂੰ ਜਾਲੀ ਵੋਟਾਂ ਪਾਉਣ ਦਾ ਫਾਇਦਾ ਕਾਹਦਾ ਹੋਇਆ ਜੀ ਮਤਲਬ ਇਹਦੇ ਵਿੱਚ ਜੀ ਮੈਂ ਤਾਂ ਯਾਰ ਕੀ ਤੁਹਾਡੇ ਪੋਸਟਰਾਂ ਦੀ ਹਨੇਰੀ ਲਿਆਤੀ ਵੋਟਾਂ ਜੀ ਮੱਝਾਂ ਵਾਲੀਆਂ ਖੁੱਲੀਆਂ ਤੋਂ ਲੈ ਕੇ ਜੀ ਮੈਂ ਤਾਂ ਪਾਣੀ ਵਾਲੀਆਂ ਟੈਂਕੀਆਂ ਤੱਕ ਨਾ ਪੋਸਟਰ ਲਾਈ ਟੈਂਕੀਆਂ ਨਾਲ ਮੈਂ ਲੜ ਵੀ ਪੈ ਗਿਆ ਜੁੱਟ ਡਿੱਗਣਾ ਪਈ ਮੈਂ ਕਿਹਾ ਪੋਸਟਰ ਲਾਉਣੀ ਲਾਉਣੇ ਜਲ ਐਮ ਸਾਹਿਬ ਨੂੰ ਜਿੱਤਣੀ ਜਿਤਾਉਣੇ ਆਪਣੇ ਕੰਮ ਹੋਣਗੇ ਜੀ ਕੰਮ ਤਾਂ ਕੋਈ ਹੁੰਦਾ ਨਹੀਂ ਜੀ ਮੈਂ ਤਾਂ ਮੱਝਾਂ ਦੇ ਵੀ ਪੋਸਟਰ ਲਾਈ ਫਿਰ ਉਹਦਾ ਫਾਇਦਾ ਕਾਹਦਾ ਇਹਦੇ ਵਿੱਚ ਹੋਇਆ ਜੀ ਮਤਲਬ ਇਹਦੇ ਵਿੱਚ ਸਾਲ 2014 ਵਿੱਚ PVTV ਵੱਲੋਂ ਕੁਝ ਨਵੇਂ ਪ੍ਰੋਗਰਾਮ ਉਲੀਕੇ ਗਏ ਹਨ। ਇਹ ਪ੍ਰੋਗਰਾਮ ਡਾਂਸ, ਮਿਊਜ਼ਿਕ, ਐਂਟਰਟੇਨਮੈਂਟ ਐਂਡ ਸੋਸ਼ਲ ਕਵਰੇਜ ਦੇ ਨਾਲ ਸੰਬੰਧਿਤ ਨੇ। ਅਸੀਂ ਉਹਨਾਂ ਨੌਜਵਾਨ ਬੱਚੇ ਬੱਚੀਆਂ ਨੂੰ ਸੱਦਾ ਦਿੰਦੇ ਹਾਂ ਜੋ ਇਸ ਫੀਲਡ ਵਿੱਚ ਆਪਣੇ ਆਪ ਨੂੰ ਅਜ਼ਮਾਉਣਾ ਚਾਹੁੰਦੇ ਹੋਣ, ਜੋ ਪ੍ਰੋਡਕਸ਼ਨ ਪੋਸਟ ਪ੍ਰੋਡਕਸ਼ਨ ਦੇ ਵਿੱਚ ਸ਼ੌਕ ਰੱਖਦੇ ਹਨ ਜਾਂ ਹੋਸਟ ਬਣਨਾ ਚਾਹੁੰਦੇ ਹਨ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਸਾਡਾ ਨੰਬਰ, ਸਾਡੀ ਈਮੇਲ ਸਕਰੀਨ 'ਤੇ ਦਿੱਤੀ ਗਈ ਹੈ। ਤੁਸੀਂ ਕਿਸੇ ਵੇਲੇ ਵੀ ਸਾਨੂੰ ਆਪਣੇ ਸ਼ੌਕ ਪ੍ਰਤੀ ਜਾਂ ਸਾਡੇ ਨਾਲ ਜੁਆਇਨ ਕਰਨ ਦੇ ਲਈ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਪ੍ਰੋਗਰਾਮ ਸੁਰਖਾਵ ਕਿਵੇਂ ਦਾ ਲੱਗਾ ਜ਼ਰੂਰ ਦੱਸਣਾ, ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ। ਅਗਲੇ ਪ੍ਰੋਗਰਾਮ ਤੱਕ ਆਪ ਸਭ ਦਾ ਰੱਬ ਰਾਖਾ।